بسم اللہ الرحمن الرحیم السلام علیکم تو جی ناظرین میرے سامنے ਤੁਸੀਂ ਦੇਖ ਰਹੇ ਆ ਕਿ ਫਾਰਮਰ ਬੜੇ ਸ਼ੌਕ ਦੇ ਨਾਲ ਇਹਨੇ ਜਾਨਵਰ ਪਾਲੇ ਹੋਏ ਆ ਔਰ ਦੇਖੋ ਕਿਵੇਂ ਮਤਲਬ ਉਹਨਾਂ ਦੀ ਮ사ਜ ਕਰ ਰਿਹਾ ਕਿ ਇਹਨੂੰ ਮੱਖੀ ਵੀ ਤੰਗ ਨਾ ਕਰੇ ਹੈ ਤੇ ਦੇਖੋ ਮਿਹਨਤ ਦੇ ਸਿਰ ਤੇ ਸਰਦਾਰੀਆਂ ਜਿਹੜਾ ਬੰਦਾ ਮਿਹਨਤ ਕਰੂਗਾ ਨਾ ਉਹੋ ਹੀ ਅੱਗੇ ਜਾਊਗਾ ਤੇ ਅੱਜ ਮੈਂ ਜ਼ਿਕਰ ਕਰਾਂਗਾ ਕਿ भैंस ਤਾਜ਼ਾ ਸੂਈ ਆ ਤੇ ਅੱਜ 3 ਦਿਨ ਦੀ ਆ ਅਲਹਮਦੁਲਿਲਾ ਬੜਾ ਹੈਲਥੀ ਹੈ ਕਟਾਵਾ ਤੇ ਨੀਲੀ ਰਾਵੀ ਇਹ ਨਸਲ ਮਲੂਮ ਹੋ ਰਹੀ ਹੈ ਤੇ ਬਾਕੀ ਜਿਹੜੇ ਦੇਖ ਰਹੇ ਹੋ ਵੀ ਜ਼ਿਆਦਾ ਸ਼ਨਾਖਤ ਕਰ ਸਕਦੇ ਆ ਤੇ ਸਤ ਮਨ ਦਾ ਹੈਲਥੀ ਹੈ ਤੇ ਮੇਰਾ ਵੀਡੀਓ ਦਾ ਮਕਸਦ ਇਹ ਆ ਕਿ ਐ ਤੁਸੀਂ ਦੇਖ ਲਓ ਕਿ ਆ ਜਿਹੜੀ ਪਹਿਲੀ ਬਾਂਸ ਹੈ ਨਾ ਅਲਹਮਦੁਲਿਲਾ ਇਹ ਸੂਈ ਆ ਤੇ ਚੌਥੇ ਸੂਏ ਇਹ ਸੂਈ ਆ ਤੇ ਮਾਸ਼ਾਅੱਲਾ ਹਜੇ ਇਨਾਂ ਨੇ ਕੋਈ ਨੂੰ ਖਾਦ ਖੁਰਾਕ ਵੀ ਨਹੀਂ ਦਿੱਤੀ ਤੇ ਫਿਰ ਵੀ ਅਲਹਮਦੁਲillah ਨਾ 14 15 ਕਿਲੋ ਜਿਹੜਾ ਦੁੱਧ ਹੈ ਨਾ ਇਹਦੇ ਥੱਲਿਓਂ ਮਤਲਬ ਨਿਕਲ ਰਿਹਾ ਤੇ ਮੇਰਾ ਗੱਲ ਕਰਨ ਦਾ ਮਕਸਦ ਹੈ ਕਿ ਜਿੰਨੀ ਬੇਰੋਜ਼ਗਾਰੀ ਆ ਔਰ ਸਾਡੇ ਲੋਕ ਜਿਹੜੇ ਬੇਰ ਆ ਰਵੀ ਦਾ ਸ਼ਿਕਾਰ ਹੋ ਗਏ ਆ ਤੇ ਬਿਜਲੀਆਂ ਦੇ ਬਿੱਲ ਜ਼ਿਆਦਾ ਆ ਰਹੇ ਆ ਇੱਕ ਦੂਸਰੇ ਨੂੰ ਮਤਲਬ ਲੜਾਈਆਂ ਝਗੜੇ ਆ ਤੇ ਕਤਲੋਗਾਰਤ ਹੋ ਜਾਂਦੀ ਹੈ ਤੇ ਕਿਉਂ ਨਾ ਹੋਵੇ ਕਿ ਅਸੀਂ ਬਿਲਕੁਲ ਇਹ ਦੇਖੋ ਨਾ ਘਰ ਦੇ ਨਾਲ ਹੀ ਮੁਨਸਲੇ ਕੇ ਇਹ ਫਾਰਮ ਬਣਾਇਆ ਹੋਇਆ ਵਾ ਤੇ ਅਲਹਮਦੁਲillah 6 ਸੱਤਾ ਮੱਝਾਂ ਤੇ ਇਹ ਮੁਸਤਮਲ ਆ ਤੇ ਗੱਲ ਮੈਂ ਕਰਾਂਗਾ ਇੱਕ ਆਮ ਜੀ ਕੇ 15 ਕਿਲੋ ਦੁੱਧ ਆ ਤੇ ਮੱਝ ਦਾ ਦੁੱਧ ਇੰਨਾ ਦਿਨਾਂ ਦੇ ਵਿੱਚ ਨਾ ਸਾਵਣ ਦੇ ਵਿੱਚ ਲੱਭਦਾ ਵੀ ਨਹੀਂ ਹਾਂ ਭਾਦੋਂ ਦੇ ਵਿੱਚ ਤਾਂ ਸੂਏ ਜ਼ਿਆਦਾ ਪਾ ਜਾਂਦੇ ਤੇ ਲੇਕਿਨ ਜਿਹੜਾ ਜੇਠ ਹਾਰ ਦੇ ਦਿਨਾਂ ਨਾ ਉਹਨਾਂ ਦਿਨਾਂ ਦੇ ਵਿੱਚ ਤਾਂ ਦੁੱਧ ਦੀ ਬਹੁਤ ਜ਼ਿਆਦਾ ਕਮੀ ਹੁੰਦੀ ਹੈ ਹੁਣ 15 ਕਿਲੋ ਦੁੱਧ ਆ ਆਮ ਸ਼ਹਿਰਾਂ ਦੇ ਵਿੱਚ ਸਾਡੇ ਚੱਕਾਂ ਦੇ ਵਿੱਚ 170 ਰੁਪਏ ਪਰ ਕਿਲੋ ਜਾਂਦਾ ਵਾ ਤੇ ਸ਼ਹਿਰਾਂ ਦੇ ਵਿੱਚ 200 ਰੁਪਏ ਕਿਲੋ ਅਗਰ 200 ਰੁਪਏ ਕਿਲੋ ਨੂੰ ਅਸੀਂ ਜ਼ਰਬ ਦੇ ਦਈਏ ਨਾ ਤੇ 15 ਕਿਲੋ ਦੁੱਧ ਦਾ 3000 ਰੁਪਏ ਦਾ ਬਣਦਾ ਵਾ ਤੇ ਇੱਕ ਮੱਝ ਤੋਂ ਹੀ ਤੁਸੀਂ ਅਗਰ ਮਹੀਨੇ ਦੀ ਅਸੀਂ ਕੈਲਕੂਲੇਸ਼ਨ ਕਰੀਏ ਨਾ ਤੇ 90000 ਰੁਪਿਆ ਜਿਹੜਾ ਨਾ ਉਹ ਇੱਕ ਮੱਝ ਦੇ ਸਿਰੋਂ ਬਣਦਾ ਵਾ ਤੇ ਅਗਰ ਤੁਹਾਡੀਆਂ ਕੋਈ 4-5 ਮੱਝਾਂ ਹੈਗੀਆਂ ਤੇ ਤੁਸੀਂ ਸਾਰੇ ਖਰਚੇ ਕੱਢ ਕੇ ਆਮ ਈਜ਼ੀਲੀ ਆਸਾਨੀ ਨਾਲ 2.5-3 ਲੱਖ ਰੁਪਏ ਤੁਸੀਂ ਕਮਾ ਸਕਦੇ ਹੋ ਤੇ ਮੇਰੇ ਅੱਜ ਵਾਲੇ ਵਿਲਾਗ ਦਾ ਮਕਸਦ ਇਹ ਆ ਕਿ ਅਗਰ ਫਾਰਮਰ ਦੇ ਕੋਲ ਥੋੜੀ ਬਹੁਤੀ ਵੀ ਜ਼ਮੀਨ ਹੈਗੀ ਆ ਤੇ ਉਹ ਆਪਦੀ ਇਹ ਡੇਰੀ ਦੀ ਫਾਰਮਿੰਗ ਕਰਕੇ ਇੱਕ ਅੱਛਾ ਔਰ ਖਾਸਾ ਮੁਨਾਫਾ ਕਮਾ ਸਕਦਾ ਤੇ ਅਸੀਂ ਐਵੇਂ ਸਾਰਾ ਦਿਨ ਨਾ ਇਹ ਆਪਦੀਆਂ ਸੋਚਾਂ ਲੈ ਕੇ ਤੁਰ ਫਿਰਦੇ ਆ ਕਿ ਯਾਰ ਸਾਨੂੰ ਕੋਈ ਕੰਮ ਨਹੀਂ ਲੱਭਦਾ ਤੇ ਮੈਂ ਤਾਂ ਕਹਾਂਗਾ ਅਗਰ ਤੁਸੀਂ ਬਿਲਕੁਲ ਤੁਹਾਡੇ ਇਰਾਦੇ ਮਸਤਹਿਕਮ ਆ ਔਰ ਤੁਸੀਂ ਕੰਮ ਕਰਨਾ ਚਾਹੁੰਦੇ ਆ ਅਗਰ ਤੁਹਾਡੇ ਕੋਲ 1 ਏਕੜ ਵੀ ਜ਼ਮੀਨ ਹੈਗੀ ਆ ਤੇ ਤੁਸੀਂ ਇਹਦੀ ਫਾਰਮਿੰਗ ਕਰ ਸਕਦੇ ਆ ਕੁਰਬਾਨੀ ਦੇ ਜਾਨਵਰ ਵੀ ਪਾਲ ਸਕਦੇ ਆ ਔਰ ਦੁੱਧ ਵਾਲੇ ਜਾਨਵਰ ਵੀ ਪਾਲ ਸਕਦੇ ਆ ਥੋੜੀ ਜੀ ਗੱਲ ਅੱਜ ਮਾਰ ਸਾਹਿਬ ਨੇ ਵੀ ਕਰਦੇ ਆ ਕਿ ਮਾਸ਼ਾਅੱਲਾ ਤੁਸੀਂ ਅੱਜ ਵਾੜੇ ਚ ਫਿਰ ਰਹੇ ਆ ਤੇ ਕਿਹਦਾ ਮਹਿਸੂਸ ਕਰ ਰਹੇ ਆ ਬਹੁਤ ਅੱਛਾ ਮਹਿਸੂਸ ਕਰ ਰਹੇ ਆ ਕਾ ਹੈ ਕਾਰੋਬਾਰ ਕਿਹਦਾ ਬਹੁਤ ਅਲ ਹਮਦੁਲਿਲਾ ਮਤਮਨ ਹੋ ਤੁਸੀਂ ਮਤਮਨ ਅੱਛਾ ਅੱਛਾ ਤੇ ਕੀ ਪੈਗਾਮ ਅੱਜ ਛੜ ਦੇਖਣ ਵਾਲਿਆਂ ਨੂੰ ਪੈਗਾਮ ਇਹ ਆ ਕਿ ਬਹੁਤ ਅੱਛਾ ਫੀਲ ਹੈ ਹੂੰ ਆਜਾ ਜਨਾਬ ਬੈਲਾ ਜਨਵਰ ਪਾਲਣਾ ਇਹ ਤੋਂ ਹਰ ਕੰਮ ਹੀ ਹੁੰਦਾ ਹੂੰ ਭਾਵੇਂ ਨੂੰ ਦੁੱਧ ਆਲੇ ਲੈ ਆਉਣ ਭਾਵੇਂ ਨੂੰ ਕੁਰਬਾਨੀ ਤੇ ਲੈ ਆਉਣ ਤੇ ਮੁਨਾਫਾ ਹੀ ਮੁਨਾਫਾ ਮੁਨਾਫਾ ਹੀ ਮੁਨਾਫਾ ਤੇ ਖਰਚਾ ਕਿੰਨਾ ਕ ਆ ਜਾਂਦਾ ਖਰਚਾ ਜੀ ਖਰਚਾ ਕੱਢ ਕੇ ਬਿ ਅਲhamdulillah ਬਥੇਰੇ ਪੈਸੇ ਬਥੇਰੇ ਪੈਸੇ ਠੀਕ ਹੋ ਗਿਆ ਲੋ ਜੀ ਇਹਨਾਂ ਨਾਲ ਵੀ ਅਸੀਂ ਗੱਲ ਕਰ ਲਈ ਤੇ ਉਹਨਾਂ ਨੇ ਵੀ ਇਹ ਗੱਲ ਦੱਸੀ ਆ ਕਿ ਖਰਚਾ ਕੱਢ ਕੇ ਵੀ ਮਾਸ਼ਾਅੱਲਾ ਨਾ ਇਹ ਮੁਨਾਫਾ ਹੀ ਮੁਨਾਫਾ ਵਾ ਚਲੋ ਜੀ ਨਾਜ਼ਰੀਨ ਨੈਕਸਟ ਵੀਡੀਓ ਤੱਕ ਅਸੀਂ ਇਜਾਜ਼ਤ ਚਾਹੁੰਨੇ ਜੀ ਦੁਆਵਾਂ ਸਾਨੂੰ ਯਾਦ ਰੱਖਿਆ ਜੋ ਆਪ ਦਾ ਖਿਆਲ ਰੱਖਿਆ ਜੋ ਅੱਲਾਹ ਹਾਫਿਜ਼